ਡੇਲਾ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਕਵਰ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਅਹਿਮ ਖਬਰਾਂ ਤੇ। ਪਨਗ੍ਰਹਿ ਖਰੀਦ ਏਜੰਸੀ ਦੇ ਅਧਿਕਾਰੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ। ਸਮਾਗਮ ਦੌਰਾਨ ਪਨਗ੍ਰਹਿ ਖਰੀਦ ਏਜੰਸੀ ਦੇ ਡਿਪਟੀ ਡਾਇਰੈਕਟਰ ਸਰਬਜੀਤ ਸਿੰਘ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪੁੱਜੇ ਹੋਏ ਸਨ। ਸਮਾਗਮ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚ ਪੰਜਾਬ ਐਗਰੋ ਦੇ ਜ਼ਿਲ੍ਹਾ ਮੈਨੇਜਰ ਲਖਵਿੰਦਰ ਸਿੰਘ, ਪ੍ਰਭਲੀਨ ਸਿੰਘ ਚੀਮਾ, ਤਰਸੀਮ ਸੈਣੀ, ਸਤਪਾਲ ਗੋਇਲ, ਹਰਜੀਤ ਸ਼ੇਰੂ, ਮੁਲਕ ਰਾਜ, ਸ਼ਾਮ ਲਾਲ ਪੰਚੌਲਾ, ਪ੍ਰਦੀਪ ਕਪਲਾ ਵੀ ਪੁੱਜੇ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਗੁਰੂ ਦਾ ਲੰਗਰ ਧੁੱਟ ਵਰਤਾਇਆ ਗਿਆ। ਸਮਾਗਮ ਦੌਰਾਨ ਪ੍ਰਬੰਧਕੀ ਸਟਾਫ ਵੱਲੋਂ ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਮਾਹਰ ਡਾਕਟਰ ਰਪਿੰਦਰ ਕੌਰ ਨੇ 100 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ। ਬਹੁਤ ਅੱਛਾ, ਬਹੁਤ ਵਧੀਆ ਦਿਨ ਹੈ ਔਰ ਖੁਸ਼ੀ ਵਾਲਾ। ਮੈਂ ਤਾਂ ਬਲਕਿ ਅੱਜ ਇਸ ਫੰਕਸ਼ਨ ਦੇ ਉੱਤੇ ਆਇਆ। ਸਾਡੇ ਮਤਲਬ ਸਟਾਫ ਨੇ ਇਹ ਬਹੁਤ ਹਰ ਸਾਲ ਕਰਾਉਂਦੇ ਨੇ, ਇਟ ਇਜ਼ ਵੈਰੀ ਗੁੱਡ ਕਿ ਮਹਾਰਾਜ ਦਾ ਓਟ ਆਸਰਾ ਲੈ ਕੇ ਕੰਮ ਨੂੰ ਕਰਨਾ। ਇਸ ਸਟਾਫ ਵੱਲੋਂ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ, ਕਿਉਂਕਿ ਨਵੇਂ ਬੱਚੇ ਆਏ ਨੇ, ਗੁਰੂ ਮਹਾਰਾਜ ਨਾਲ ਜੁੜ ਕੇ ਰਹਿਣਗੇ। ਇੱਥੇ ਜੋ ਕੋਈ ਮਤਲਬ ਇਹਨਾਂ ਨੂੰ ਕੰਮ ਕਰਨ ਦੇ ਵਿੱਚ ਜਿਹੜਾ ਮਨੋਬਲ ਇਹਨਾਂ ਦਾ ਹੋਰ ਵੀ ਉੱਚਾ ਹੋਏਗਾ ਕਿ ਸਾਡੇ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ, ਇੰਸਪੈਕਟਰ ਸਾਹਿਬਾਨ ਨੇ ਪੀਆਰ ਕੇਂਦਰ ਤੇ, ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਹੈ। ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਔਰ ਸਾਰੇ ਅਧਿਕਾਰੀ ਸਾਹਿਬਾਨ ਔਰ ਸਾਰੇ ਸਟਾਫ ਨੇ ਔਰ ਡਿਪੂ ਹੋਲਡਰ ਐਸੋਸੀਏਸ਼ਨ ਔਰ ਜਿੰਨੇ ਵੀ ਸਾਡੇ ਨਾਲ ਜੋ ਫੂਡ ਸਪਲਾਈ ਦੇ ਨਾਲ ਜਿੰਨੇ ਵੀ ਡਿਪਾਰਟਮੈਂਟਸ ਜੋ ਅਟੈਚ ਹਨ, ਉਹਨਾਂ ਨੇ ਸਾਰਿਆਂ ਨੇ ਸ਼ਿਰਕਤ ਕਰਕੇ ਇੱਥੇ ਸਾਡਾ ਮਾਣ ਵਧਾਇਆ ਹੈ। ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਹਾਂ ਔਰ ਖਾਸ ਕਰਕੇ ਮੈਂ ਧੰਨਵਾਦ ਕਰਦਾ ਹਾਂ ਪੀਆਰ ਸੈਂਟਰ ਦੇ ਸਾਰੇ ਹੀ ਅਧਿਕਾਰੀ ਸਾਹਿਬਾਨ ਔਰ ਇੰਸਪੈਕਟਰ ਸਾਹਿਬਾਨ ਦਾ ਕਿ ਜਿਨ੍ਹਾਂ ਨੇ ਉਪਰਾਲਾ ਕਰਕੇ ਇਸ ਸ਼ਲਾਘਾ ਜੋ ਕਦਮ ਨੂੰ ਜੋ ਹੈ ਇੱਕ ਉਪਰਾਲਾ ਕੀਤਾ ਹੈ। ਬੇਸਿਕਲੀ ਇਹ ਵੀ ਜਾਣ ਕੇ ਮੈਨੂੰ ਖੁਸ਼ੀ ਹੋਈ ਕਿ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਹਜ਼ੂਰੀ ਦੇ ਵਿੱਚ ਇਹਨਾਂ ਨੇ ਇੱਕ ਹੋਰ ਜੋ ਹੈ ਕਦਮ ਆਪਣਾ ਚੱਕਿਆ ਹੈ ਮਾਨਵਤਾ ਦੇ ਵਾਸਤੇ ਕਿ ਦੰਦਾਂ ਦਾ ਕੈਂਪ ਲਗਾਇਆ ਹੈ। ਅੱਗੇ ਵੀ ਇਹਨਾਂ ਦੀ ਇਹੀ ਯੋਜਨਾ ਹੈ ਕਿ ਨੈਕਸਟ ਟਾਈਮ ਤੋਂ ਅਸੀਂ ਜੋ ਵੀ ਮਾਨਵਤਾ ਦੇ ਲਈ ਅਸੀਂ ਕੰਮ ਕਰ ਸਕਦੇ ਹਾਂ ਉਹ ਅਸੀਂ ਕਰਾਂਗੇ। ਦੂਸਰੀ ਮੈਨੂੰ ਜਿਹੜੀ ਹੈ, ਮੈਂ ਆਪ ਵੀ ਇਹ ਅਰਦਾਸ ਕਰਦਾ ਹਾਂ ਹਜ਼ੂਰ ਸਾਹਿਬ ਦੇ ਚਰਨਾਂ ਦੇ ਵਿੱਚ, ਕਿਉਂਕਿ ਅਸੀਂ ਜੋ ਕੁਛ ਵੀ ਕਰ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਹੀ ਅਸੀਂ ਤੁਰੇ ਫਿਰੇ ਰਹੇ ਹਾਂ ਜੋ ਵੀ ਅਸੀਂ ਕਰ ਰਹੇ ਹਾਂ। ਔਰ ਮੈਂ ਜਿੰਨੇ ਵੀ ਇੱਥੇ ਸਾਰੇ ਜੀਵ ਨੇ ਜਿਨ੍ਹਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ ਉਹਨਾਂ ਵਾਸਤੇ ਮੈਂ ਭਲੇ ਦੀ ਕਾਮਨਾ ਕਰਦਾ ਹਾਂ, ਸੁੱਖ ਵਿੱਚ ਉਹਨਾਂ ਦੇ ਹਮੇਸ਼ਾ ਪਰਮਾਤਮਾ ਜੀ ਵਾਧਾ ਰੱਖਣ। ਔਰ ਇਹ ਵੀ ਕਾਮਨਾ ਕਰਦਾ ਹਾਂ ਕਿ ਜੋ ਸਾਡੀ ਡਿਊਟੀ ਹੈ ਅਸੀਂ ਉਸ ਨੂੰ ਵੀ ਉਸ ਤਰੀਕੇ ਨਾਲ ਕਰ ਪਾਈਏ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਨਾਲ ਨਾਲ ਜੋ ਸਾਨੂੰ ਸਰਕਾਰ ਦੁਆਰਾ ਜੋ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਆਪਣੀ ਜੋ ਡਿਊਟੀ ਹੈ ਉਸ ਨੂੰ ਅਸੀਂ ਇਸ ਤਰੀਕੇ ਨਾਲ ਨਿਭਾਈਏ ਕਿ ਅਸੀਂ ਮਾਨਵਤਾ ਦੇ ਲਈ ਜੋ ਹੈ ਜੋ ਵੀ ਅਸੀਂ ਕੁਛ ਕਰ ਸਕਦੇ ਹਾਂ ਉਸ ਨੂੰ ਸਮਰਪਿਤ ਕਰ ਸਕੀਏ। ਸਾਨੂੰ 1.5 ਸਾਲ ਹੋਇਆ ਹੈਗਾ ਇੱਥੇ ਪਟਿਆਲਾ 'ਚ ਆਪਣਾ ਕਲੀਨਿਕ ਖੋਲ੍ਹੇ ਤੋਂ, ਅਤੇ ਅਸੀਂ ਹਾਲੇ ਤੱਕ 15 ਤੋਂ 20 ਕੈਂਪ ਲਗਾ ਚੁੱਕੇ ਹੈਗੇ। ਅਸੀਂ ਜਨਿਤ ਸਮਿਤੀ ਨਾਲ, ਡੈਡੀਕੇਟ ਬ੍ਰਦਰ ਗਰੁੱਪ ਨਾਲ ਅਤੇ ਇੰਡੀਪੈਂਡੈਂਟ ਵੀ 20 ਕੈਂਪ ਅਸੀਂ ਲਗਾ ਚੁੱਕੇ ਹਾਂ। ਅਸੀਂ ਇਸ ਦੇ ਵਿੱਚ ਜਿੰਨੇ ਵੀ ਡੈਂਟਲ ਪੇਸ਼ੈਂਟ ਆਉਂਦੇ ਹੈਗੇ ਉਹਨਾਂ ਨੂੰ ਫ੍ਰੀ ਆਫ ਕੋਸਟ ਚੈੱਕ ਕਰੀਦਾ, ਜੋ ਕੋਈ ਮੈਡੀਸਨ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਐਟ ਏ ਟਾਈਮ ਦੇ ਦੇਈਦੀ ਹੈ ਫ੍ਰੀ ਆਫ ਕੋਸਟ, ਕੋਈ ਉਹਦੇ ਚਾਰਜਿਸ ਨਹੀਂ। ਉਸ ਤੋਂ ਬਾਅਦ ਜਦੋਂ ਸਾਡੇ ਕੋਲ ਕਲੀਨਿਕ 'ਤੇ ਆਉਂਦਾ ਤਾਂ ਉਸ 'ਤੇ ਵੀ ਅਸੀਂ ਡਿਸਕਾਊਂਟ ਉਹਨਾਂ ਨੂੰ ਦਿੰਦੇ ਹੈਗੇ ਹਾਂ। ਅਤੇ ਐਸ ਇਹ ਡੈਂਟਲ ਅਵੇਅਰਨੈਸ ਅਸੀਂ ਤਾਂ ਕੈਂਪ ਜ਼ਿਆਦਾ ਲਗਾਉਂਦੇ ਹੈਗੇ ਹਾਂ ਕਿਉਂਕਿ ਇਸ ਦੇ ਵਿੱਚ ਇਹ ਹੁੰਦਾ ਕਿਉਂਕਿ ਹਰ ਇੱਕ ਬੰਦੇ ਨੂੰ ਡੈਂਟਲ ਚੈੱਕਅਪ ਦੀ ਲੋੜ ਹੈਗੀ ਹੈ, ਜਿਹੜਾ ਕਿ ਸਪੈਸ਼ਲ ਕੋਈ ਵੀ ਚੈੱਕ ਕਰਵਾਉਣ ਨਹੀਂ ਜਾਂਦਾ ਹੈਗਾ ਕਿ ਆਪਾਂ ਕਹੀਏ ਕਿ ਜੇ ਆਪਾਂ ਦੰਦ ਜਦੋਂ ਦਰਦ ਹੋਏਗਾ ਉਦੋਂ ਹੀ ਡਾਕਟਰ ਕੋਲ ਜਾਣਗੇ, ਉਸ ਤੋਂ ਪਹਿਲਾਂ ਡਾਕਟਰ ਕੋਲ ਜਾਣਗੇ ਨਹੀਂ। ਅਸੀਂ ਇਹ ਅਵੇਅਰਨੈਸ ਕੈਂਪ, ਓਰਲ ਕੈਂਪ ਤਾਂ ਹੀ ਲਗਾਉਂਦੇ ਹਾਂ ਕਿ ਬੰਦਿਆਂ ਨੂੰ ਅਵੇਅਰ ਕਰ ਸਕੀਏ ਵੱਧੋ ਵੱਧ ਅਤੇ ਉਹਨਾਂ ਦੇ ਤਾਂ ਕਿ ਡੈਂਟਲ ਹਾਈਜੀਨ ਵਧੀਆ ਰਹੇ ਜੀ। ਸਤਿਗੁਰੂ ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ ਨਾਮ ਹਰਿ ਸੋਭਾ, ਮਿਲੇ ਸੁਖ ਨਾਮ ਹਰਿ ਸੋਭਾ, ਚਿੰਤਾ ਲਾਹੇ ਨਿਹਾਰੀ, ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸਜਣ ਤੁਹਾਰੀ,
सतगुर आयो सरल द्वारी। सतगुर आयो सरल तुहारी, मिले सुख नाम हर शोभा, मिले सुख नाम मर सोबा, चिंता लाहे हमारी, चिंता लाहे हमारी, सतगुर आयो सरल तुहारी, सतगुर आयो सरल तुहारी। अवर न सूजे दूती ठाहर, अवर न सूजे दूती ठाहर, हार करो तो द्वारी, हार करो तो द्वारी, सतगुर आयो सरल तुहारी, सतगुर आयो सरल तुहारी, मिले सुख नाम हर शोभा, मिले सुख नाम हर शोभा, चिंता लाहे हमारी, चिंता लाहे हमारी, सतगुर आयो सरल तुहारी, सतगुर आयो सरल तुहारी। देख रहे हो पटियाला टीवी, पटियाला टीवी जोड़े आप जी ने सुने पंजाब अते देश नाल, हमेशा देखते रहो पटियाला टीवी।